ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਵੱਡੇ ਵੱਡੇ ਸਮਾਗਮ ਹੋ ਰਹੇ ਹਨ। ਇਸੇ ਲੜੀ ਤਹਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੇ ਵਿੱਚ ਵੀ ਗੁਰਬਾਣੀ ਕੀਰਤਨ, ਗੁਰਬਾਣੀ ਦੇ ਪਾਠ ਦਾ ਸਮਾਗਮ ਉਲੀਕਿਆ ਗਿਆ ਹੈ। ਅਫਸੋਸਜਨਕ ਗੱਲ ਇਹ ਹੈ ਕਿ ਉੱਥੇ ਦੁਬਈ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੱਜਣਾਂ ਨੇ 14 ਨਵੰਬਰ ਦੀ ਰਾਤ ਨੂੰ ਕਲਚਰਲ ਪ੍ਰੋਗਰਾਮ ਦੇ ਨਾਂ ਹੇਠ ਇੱਕ ਗਵੱਈਏ ਨੂੰ ਸੱਦਿਆ ਹੈ, ਮਲਕੀਤ ਨੂੰ। ਮੈਨੂੰ ਬਹੁਤ ਸਾਰੇ ਮੈਸੇਜ ਸੁਨੇਹੇ ਆਏ ਨੇ ਕਿ ਇਹਦੇ 'ਤੇ ਤੁਸੀਂ ਗੱਲ ਕਰੋ ਜ਼ਰੂਰ। ਇਸ ਲਈ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਿਹੜਾ ਸੱਭਿਆਚਾਰ ਹੈ ਉਹ ਤਾਂ ਬੜਾ ਸਪਸ਼ਟ ਹੈ। ਜਦੋਂ ਰਾਜੇ ਸਿਵ ਨਾਵ ਨੇ ਕਈ ਔਰਤਾਂ ਨੂੰ ਭੇਜਿਆ, ਹਾਵ ਭਾਵ ਕਰਦੀਆਂ ਸੀ ਆਪਣੇ ਵੱਲੋਂ, ਮੇਰੇ ਮਾਲਕ ਨੇ ਉਸ ਵਕਤ ਜਿਹੜੇ ਲਫ਼ਜ਼ ਵਰਤੇ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਦਰਜ ਨੇ, ਗਾਛੋ ਪੁੱਤਰੀ ਰਾਜਕੁਆਰ, ਜਿੱਥੋਂ ਸਾਡਾ ਸੱਭਿਆਚਾਰ ਨਿਕਲਦਾ ਹੈ ਕਿ ਜੇ ਕੋਈ ਸਾਡੇ ਨਾਲ ਵੱਲ ਬੁਰੀ ਨਿਗਾਹ ਨਾਲ ਵੀ ਤੱਕੇ ਅਸੀਂ ਉਹਨਾਂ ਨੂੰ ਵੀ ਧੀਆਂ ਭੈਣਾਂ ਵਾਲਾ ਮਾਣ ਸਨਮਾਨ ਦੇਣਾ। ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਗੁਰਬਾਣੀ ਇਹ ਪ੍ਰੇਰਣਾ ਦੇ ਰਹੀ ਹੈ। ਬੜੀ ਹੈਰਾਨੀਜਨਕ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੇ ਵਿੱਚ ਵੀ ਲੱਚਰਤਾ ਆਵੜੀ ਹੈ। ਇੱਕ ਤਾਂ ਉਹਨਾਂ ਪ੍ਰਬੰਧਕ ਸੱਜਣਾਂ ਨੂੰ ਤੁਰੰਤ ਇਹ ਸਮਾਗਮ ਜਿਹੜਾ ਰੱਦ ਕਰਨਾ ਚਾਹੀਦਾ, ਕੌਮ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਸਾਤੋਂ ਇਹ ਹੋ ਗਿਆ। ਦੂਸਰਾ, ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਉਤਸ਼ਾਹਿਤ ਕਰਨ ਵਾਸਤੇ ਗੈਸਟ ਬਣ ਕੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜਾ ਰਹੇ ਨੇ। ਇਸ ਪ੍ਰੋਗਰਾਮ ਦੇ ਵਿੱਚ SGPC ਦੇ ਮੁੱਖ ਸਕੱਤਰ ਰੂਪ ਸਿੰਘ ਔਰ ਗਿਆਨੀ ਰਣਜੀਤ ਸਿੰਘ ਜਿਹੜੇ ਜਥੇਦਾਰ ਨੇ ਪਟਨਾ ਸਾਹਿਬ ਦੇ, ਇਹਦੇ ਨਾਲ ਨਾਲ ਗਿਆਨੀ ਜਗਤਾਰ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ, ਇਹ ਵੀ ਜਾ ਰਹੇ ਨੇ। ਸੋ ਇਹਨਾਂ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਕਿ ਇਹ ਕਿਉਂ ਜਾ ਰਹੇ ਨੇ ਇਸੇ ਪ੍ਰੋਗਰਾਮ ਦੇ ਵਿੱਚ। ਗੋਬਿੰਦ ਸਿੰਘ ਲੌਂਗੋਵਾਲ ਜਿਹੜਾ ਸੌਦਾ ਸਾਹਿਬ ਦਾ ਚੇਲਾ ਹੈ ਵੈਸੇ ਤਾਂ, ਪਰ ਕਿਉਂ ਸਿੱਖਾਂ ਦੀਆਂ ਭਾਵਨਾ ਦੇ ਨਾਲ ਖੇਡਿਆ ਜਾ ਰਿਹਾ? ਇਹ ਸਾਰੇ ਜਿਹੜੇ ਪੰਥ ਦੇ ਠੇਕੇਦਾਰ ਨੇ, ਖਾਸ ਤੌਰ 'ਤੇ ਜਿਹੜਾ ਲੌਂਗੋਵਾਲ ਹੈ, ਸੁਖਬੀਰ ਨੇ ਜਿਹੜਾ ਸਾਡੇ ਸਿਰ 'ਤੇ ਬਿਠਾਇਆ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਣੀਆਂ ਨੇ, ਤਾਂ ਸਾਡੀ SGPC ਦੀ ਕਮਾਂਡ ਇੱਕ ਸੌਦਾ ਸਾਹਿਬ ਦੇ ਚੇਲੇ ਨੂੰ ਦਿੱਤੀ ਹੋਈ ਹੈ। ਕਿਉਂਕਿ ਜਦੋਂ 2005 ਦੇ ਵਿੱਚ ਸੌਦਾ ਸਾਹਿਬ ਦੇ ਚੇਲਿਆਂ ਨੇ ਰੋਸ ਕੀਤਾ ਸੀ ਕਿ CBI ਜਿਹੜੀ ਹੈ ਉਹ ਜਾਂਚ ਨਾ ਕਰੇ ਸਾਡੇ ਰਾਮ ਰਹੀਮ ਦੀ, ਤਾਂ ਉਹ ਰੋਸ ਕਰਨ ਵਾਲਿਆਂ ਵਿੱਚ ਗੋਬਿੰਦ ਸਿੰਘ ਲੌਂਗੋਵਾਲ 21 ਸਤੰਬਰ 2005 ਨੂੰ ਸੰਗਰੂਰ ਦੇ DC ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਕਰ ਰਿਹਾ ਸੀਗਾ। ਸੋ ਮੈਂ ਕਹਿਣਾ ਚਾਹੁੰਦਾ, ਇੱਕ ਤਾਂ ਸਾਡੇ ਉਹ ਪ੍ਰਬੰਧਕ ਵੀਰ ਇਸ ਪ੍ਰੋਗਰਾਮ ਨੂੰ ਕੈਂਸਲ ਕਰਨ, ਦੂਸਰਾ ਜਿਹੜੇ ਇਹ ਲੌਂਗੋਵਾਲ ਹੋ ਰਹੀ ਨੇ ਇਹ ਸ਼ਰਮ ਕਰਨ ਅਤੇ ਸਪਸ਼ਟ ਕਰਨ ਕੌਮ ਦੇ ਸਾਹਮਣੇ ਵੀ ਇਹ ਕਿਉਂ ਜਾ ਰਹੇ ਨੇ, ਇਹਨਾਂ ਦੀ ਕੀ ਮਜਬੂਰੀ ਹੈ। ਨਹੀਂ ਤਾਂ ਪ੍ਰਬੰਧਕਾਂ ਨੂੰ ਕਹਿ ਕੇ ਉਹ ਪ੍ਰੋਗਰਾਮ ਕੈਂਸਲ ਕਰਵਾਉਣ। ਔਰ ਦੁਨੀਆ ਭਰ ਵਿੱਚ ਵਸਦੇ ਹੋਏ ਜਿਹੜੇ ਸਿੱਖ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਸਾਨੂੰ ਸੱਭਿਅਕ ਤਰੀਕੇ ਨਾਲ ਮਨਾਈਆਂ ਜਾ ਰਹੀਆਂ ਜਿਸ ਤਰੀਕੇ ਨਾਲ। ਸੋ ਜਿਹੜਾ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਪ੍ਰਬੰਧਕ ਉਲੀਕਦੇ ਨੇ ਉਹਨਾਂ ਨੂੰ ਫੋਨ ਕਰੋ, ਵੱਧ ਤੋਂ ਵੱਧ ਸੁਨੇਹੇ ਲਾਓ, ਸੱਭਿਅਕ ਤਰੀਕੇ ਨਾਲ ਇਹਦੀ ਵਿਰੋਧਤਾ ਕਰੋ, ਤਾਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਔਰ ਜਿਹੜੀ ਲੱਚਰਤਾ ਗੁਰੂ ਨਾਨਕ ਦੇ ਨਾਂ ਦੇ ਥੱਲੇ ਸਾਡੇ ਵਿੱਚ ਪਰੋਸਣ ਦੀ ਕੋਸ਼ਿਸ਼ ਹੈ ਉਹਨੂੰ ਨਾਕਾਮ ਕੀਤਾ ਜਾ ਸਕੇ, ਭੁੱਲਾਂ ਚੁੱਕਾਂ ਲਈ ਮਾਫ਼ੀ ਚਾਹਾਂਗਾ। ਦਰਬਾਰੇ ਖਾਲਸਾ ਜਥੇਬੰਦੀ ਇਹਦਾ ਡਟ ਕੇ ਵਿਰੋਧ ਕਰਦੀ ਹੈ ਅਤੇ ਅਸੀਂ ਸੱਭਿਅਕ ਤਰੀਕੇ ਨਾਲ ਵਿਰੋਧ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।